ਮੁਤਾਬਿਕ ਤਲਵੰਡੀ ਚੌਧਰੀਆਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਨਾ ਮਿਲਣ ਕਾਰਨ ਲੰਮੇ ਸਮੇਂ ਤੋਂ ਦਾਣਾ ਮੰਡੀ ਦੇ ਨੇੜੇ ਮੋਰਚਾ ਲਗਾ ਕੇ ਬੈਠੇ ਹੋਏ ਹਨ। ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲੋੜਵੰਦਾਂ ਪਰਿਵਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਤਲਵੰਡੀ ਚੌਧਰੀਆਂ ਦੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਜੀ ਦੀ ਵਿਸ਼ੇਸ਼ ਰਿਪੋਰਟ। ਬੀਤੇ ਇੱਕ ਵਰੇ ਤੋਂ ਇਹ ਜ਼ਮੀਨ ਤਲਵੰਡੀ ਚੌਧਰੀਆਂ ਦੀ ਸ਼ਾਮਲਾਟ ਪਈ ਸੀ, ਜਿੱਥੇ ਤਲਵੰਡੀ ਚੌਧਰੀਆਂ ਦੇ ਬੇਘਰੇ ਲੋਕਾਂ ਜਾਂ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਮਕਾਨ ਨਹੀਂ ਹਨ ਜਾਂ ਥਾਂ ਬਹੁਤ ਘੱਟ ਹਨ, ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਇਹਨਾਂ ਲੋਕਾਂ ਨੂੰ ਥਾਂ ਦੇਣਾ ਮੁਨਾਸਿਬ ਬਣਦਾ ਸੀ ਪਰ ਦਿੱਤਾ ਨਹੀਂ ਗਈ, ਪੰਜਾਬ ਸਰਕਾਰ ਵੱਲੋਂ ਥਾਂ ਨਹੀਂ ਦਿੱਤਾ ਗਿਆ। ਉਸੇ ਤਹਿਤ ਇਹਨਾਂ ਜਿਹੜੇ ਲੋਕ ਥਾਂ ਤੋਂ ਬਗੈਰ ਸੀਗੇ ਜਾਂ ਥਾਂ ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੇ ਇੱਥੇ ਆਣ ਕੇ ਆਪਣੇ ਆਪ ਡੇਰੇ ਲਗਾ ਲਏ ਅਤੇ ਅੱਜ ਵੀ ਇਹ ਬੈਠੇ ਮੌਜੂਦ ਹਨ। ਪਲਾਟ ਵਿੱਚ ਬੈਠੇ ਮੌਜੂਦ ਆਗੂਆਂ ਨੇ ਦੱਸਿਆ ਕਿ ਇਸ ਪਲਾਟਾਂ ਦੇ ਸਰਵੇਖਣ ਵੀ ਹੋ ਚੁੱਕਾ ਹੈ, ਪਿੰਡ ਵਿੱਚ ਲੋੜਵੰਦ ਲੋਕਾਂ ਦੇ ਸਰਵੇਖਣ ਕੀਤੇ ਗਏ ਹਨ, ਪ੍ਰਸ਼ਾਸਨ ਵੱਲੋਂ ਸਰਵੇਖਣ ਕੀਤਾ ਗਿਆ ਹੈ ਪਰ ਅਜੇ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ। ਜੇ ਕੋਈ ਪ੍ਰਸ਼ਾਸਨ ਅਧਿਕਾਰੀ ਨੂੰ ਇਸ ਸੰਬੰਧੀ ਮਿਲਿਆ ਜਾਂਦਾ ਹੈ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਅਟਾਲ ਮਟੋਲ ਕਰ ਦਿੰਦਾ ਹੈ। ਤਲਵੰਡੀ ਚੌਧਰੀਆਂ ਦੇ ਜ਼ਿਲ੍ਹਾ ਕਪੂਰਥਲਾ ਦੇ ਐਸਸੀ ਵਰਗ ਦੇ ਲੋਕ ਪਿਛਲੇ ਗਰਮੀਆਂ 'ਚ ਵੀ ਬੈਠੇ ਰਹੇ, ਸਰਦੀਆਂ 'ਚ ਵੀ ਬੈਠੇ ਰਹੇ ਅਤੇ ਹੁਣ ਵੀ ਬੈਠੇ ਹਨ, ਇਸੇ ਤਰ੍ਹਾਂ ਹੀ ਇਸੇ ਪਲਾਟਾਂ ਦੇ ਵਿੱਚ ਬੈਠੇ ਰਹਿੰਦੇ ਹਨ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਰਾਜਨੀਤਿਕ ਲੀਡਰ ਇਹਨਾਂ ਦੀ ਸਾਰ ਲੈਣ ਨਹੀਂ ਆ ਰਿਹਾ। ਚਲੋ ਆਪਾਂ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਹਨ। ਸੂਬਾਈ ਆਗੂ ਪਿੰਡ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸਿੰਘ ਸਿੱਧਾ ਜੀ ਪਹੁੰਚੇ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸਿੱਧਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਪਿੰਡ ਤਲਵੰਡੀ ਚੌਧਰੀਆਂ ਦੇ ਗਰੀਬ ਜਿਹੜੇ ਦਲਿਤ ਮਜ਼ਦੂਰ ਆ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇੱਥੇ ਡੇਰਾ ਜਮਾਈ ਬੈਠੇ ਆ ਕਿ ਸਾਨੂੰ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਜਿਹੜੇ ਆ ਉਹ ਦਿੱਤੇ ਜਾਣ। ਇਹ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਲਗਾਤਾਰ ਪੰਜਾਬ ਦੇ ਵਿੱਚ ਸੰਘਰਸ਼ ਕਰਕੇ, ਇਹ ਇਕੱਲਾ ਇਹ ਪਿੰਡ ਦਾ ਮਾਮਲਾ ਨਹੀਂ ਪੂਰੇ ਪੰਜਾਬ ਦਾ ਮਾਮਲਾ, ਬਹੁਤ ਸਾਰੇ ਥਾਵਾਂ 'ਤੇ ਪੰਚਾਇਤਾਂ ਨੇ ਮਤੇ ਪਾ ਕੇ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਰਿਹਾਇਸ਼ੀ ਪਲਾਟਾਂ ਦਾ ਮਾਮਲੇ ਨੂੰ ਅਸੀਂ ਉਭਾਰਿਆ ਹੈਗਾ। ਉਹ ਇਹਨਾਂ ਨੇ ਵੀ ਆ ਪੰਚਾਇਤ ਦਾ ਮਤਾ ਪੈਣ ਦੇ ਬਾਵਜੂਦ ਵੀ ਅਤੇ ਸਾਨੂੰ ਜਿਹੜਾ ਅਸੀਂ ਇਹਨਾਂ ਦੇ ਨਾਲ ਲਗਾਤਾਰ ਆਉਂਦੇ ਜਾਂਦੇ ਹਾਂ, ਪੂਰੀ ਜਿਹੜੀ ਪੇਂਡੂ ਮਜ਼ਦੂਰ ਯੂਨੀਅਨ ਇਹਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦੀ ਆ ਔਰ ਨਾਲ ਹੀ ਜਿਹੜਾ ਲਗਾਤਾਰ ਇਹਨਾਂ ਦੇ ਸੰਘਰਸ਼ ਨੂੰ ਜਿਹੜੇ ਵੀ ਅਫਸਰ ਦੇ ਜਿਹੜੇ ਵੀ ਜਿੱਥੇ ਵੀ ਕਿਤੇ ਦਫ਼ਤਰ ਦੇ ਜਾਣਾ ਹੋਇਆ ਨਾਲ ਜਾਂਦੇ ਰਹੇ ਹਾਂ, ਉਹਨਾਂ ਕੋਲ ਰੱਖਦੇ ਰਹੇ ਹਾਂ ਕਿ ਭਾਈ ਇਹ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਜਿਹੜੇ ਆ ਸਰਕਾਰ ਦਾ ਨੋਟੀਫਿਕੇਸ਼ਨ ਆ ਕਿ ਜਿਹੜਾ ਵੀ ਚਾਰ ਮਰਲੇ ਤੋਂ ਘੱਟ ਜਿਹਦਾ ਆ ਉਹਨੂੰ ਪੰਜ ਮਰਲੇ ਦਿੱਤੇ ਜਾ ਸਕਦੇ, ਉਹਦਾ ਬੇਟਾ ਜਾਂ ਵਿਆਹਿਆ ਹੋਇਆ ਉਹਨੂੰ ਦਿੱਤਾ ਜਾ ਸਕਦਾ, ਉਹਦੇ ਤਹਿਤ ਹੀ ਅਸੀਂ ਮੰਗ ਕਰਦੇ ਹਾਂ। ਔਰ ਇਹ ਪੰਚਾਇਤ ਦਾ ਮਤਾ ਪੈਣ ਤੋਂ ਬਾਵਜੂਦ ਜਦੋਂ ਅਫਸਰਾਂ ਕੋਲ ਜਾਂਦੇ ਹਾਂ ਉਹ ਕਹਿੰਦੇ ਤੁਹਾਡਾ ਜਿਹੜਾ ਆ ਮਾਮਲਾ ਅਸੀਂ ਉਹ ਰਿਪੋਰਟ ਬਣਾ ਕੇ ਉੱਪਰ ਅਫਸਰਾਂ ਤੱਕ ਭੇਜੀ ਹੋਈ ਆ। ਹੁਣ ਜਦ ਕਿ ਚੋਣਾਂ ਵਾਰੀ ਇਹ ਸਾਨੂੰ ਲਾਰੇ ਲੱਪੇ ਲਾਉਂਦੇ ਆ, ਜਦੋਂ ਚੋਣਾਂ ਨਿਕਲ ਜਾਂਦੀਆਂ ਉਦੋਂ ਫਿਰ ਸਾਨੂੰ ਜਿਹੜਾ ਪ੍ਰਸ਼ਾਸਨ ਵੀ ਅਤੇ ਹੋਰ ਜਿਹੜੇ ਘਨੰਮ ਚੌਧਰੀ ਵੀ ਡਰਾਵੇ ਦਿੰਦੇ ਆ ਵੀ ਇਹ ਜਿਹੜੀ ਜ਼ਮੀਨ ਆ ਇਹ ਜਦੋਂ ਸਾਡਾ ਪੰਚਾਇਤ ਦੇ ਵਿੱਚ ਸਾਡਾ ਹੱਕ ਆ, ਅਸੀਂ ਤੀਜੇ ਹਿੱਸੇ ਦੇ ਮਾਲਕ ਆ ਪੰਚਾਇਤੀ ਜ਼ਮੀਨਾਂ 'ਚੋਂ, ਉਹਦੇ 'ਚੋਂ ਹੀ ਅਸੀਂ ਰਿਹਾਇਸ਼ੀ ਪਲਾਟਾਂ ਦੇ ਪੰਜ ਪੰਜ ਮਰਲੇ ਦੀ ਮੰਗ ਕਰਦੇ ਹਾਂ ਅਤੇ ਇੱਥੋਂ ਦਾ ਜਿਹੜਾ ਵੀਡੀਓ ਆ ਉਹ ਹੁਣ ਦਬਕੇ ਮਾਰਦਾ, ਉਹਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਚੇਤਾਵਨੀ ਦੇਣਾ ਚਾਹੁੰਦੇ ਹਾਂ
ਵੀ ਇਹ ਮਜ਼ਦੂਰ ਇਕੱਲੇ ਤਲਵੰਡੀ ਚੌਂਦਰੇ ਦੇ ਮਜ਼ਦੂਰ ਨਹੀਂ, ਇਹ ਪੂਰੇ ਪੰਜਾਬ ਦੇ ਮਜ਼ਦੂਰ, ਸਾਡੀ ਜਥੇਬੰਦੀ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਐਜੀਟੇਸ਼ਨ ਕਰ ਰਹੀ ਆ। ਆਹ ਥੋੜੇ ਦਿਨਾਂ ਤੇ ਅਸੀਂ ਜਿਹੜਾ ਆ ਜਦੋਂ ਸਵਾਲ ਕਰ ਰਹੇ ਸੀਗੇ ਸਾਰੀਆਂ ਹੀ ਪਾਰਟੀਆਂ ਨੂੰ ਕਿ ਮਜ਼ਦੂਰਾਂ ਦੀ ਕਿਉਂ ਨਹੀਂ ਗੱਲ ਕੀਤੀ ਜਾਂਦੀ, ਤਾਂ ਇੱਥੇ ਟਾਹਲੀ ਜਿਹੜਾ ਟਾਂਡੇ ਦੇ ਲਾਗੇ ਆ, ਟਾਂਡੇ ਦੇ ਵਿੱਚ ਪੈਂਦਾ, ਉੱਥੇ ਵੀ ਮਜ਼ਦੂਰਾਂ ਨਾਲ ਬੱਸ ਰੁਕੀ ਕੇ ਦਿੱਤੀ ਗਈ ਆ। ਉੱਥੇ ਮਜ਼ਦੂਰਾਂ ਨੂੰ ਜਿਹੜਾ ਸਵਾਲ ਪੁੱਛਣ ਤੇ ਜਿਹੜਾ ਜ਼ਿਲ੍ਹਾ 'ਚ ਡੱਕਿਆ ਗਿਆ, 13 ਤਰੀਕ ਨੂੰ ਜਿਹੜਾ ਆ ਉਹ SSP ਦਫ਼ਤਰ ਦੇ ਜਿਹੜਾ ਆ ਅਸੀਂ ਉਹ ਧਰਨਾ ਪ੍ਰਦਰਸ਼ਨ ਵੀ ਕਰ ਜਾ ਰਹੇ ਹਾਂ। ਉੱਥੇ ਵੀ ਇਸ ਪਿੰਡ ਦੇ ਮਜ਼ਦੂਰਾਂ ਦੀ ਮੰਗ ਜਿਹੜੀ ਉਠਾਵਾਂਗੇ, ਅਤੇ ਅਸੀਂ ਇਹਨਾਂ ਦੇ ਨਾਲ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਪ੍ਰਸ਼ਾਸਨ ਦੇ ਧਰਨਾ ਦੇਣਾ ਪਿਆ, ਜਿੱਦਾਂ ਦਾ ਵੀ ਕਰਨਾ ਪਿਆ, ਉਹ ਅਸੀਂ ਇਹਨਾਂ ਦੇ ਨਾਲ ਆ, ਔਰ ਆਪਣੀ ਜਿਹੜੀ ਪੂਰੀ ਜਥੇਬੰਦੀ ਜਿਹੜੀ ਆ ਉਹ ਅਸੀਂ ਨਾਲ ਇਹਨਾਂ ਦੇ, ਤੇ ਰਿਹਾਇਸ਼ੀ ਪਲਾਟਾਂ ਦੇ ਮਾਮਲੇ ਨੂੰ ਹੱਲ ਕਰਾ ਕੇ ਰਹਾਂ। ਹਾਂਜੀ, ਤੁਸੀਂ ਇੰਨੀ ਦੇਰ ਤੋਂ ਬੈਠੇ ਆ ਪਲਾਟਾਂ ਦੇ ਵਿੱਚ, ਤੇ ਕੀ ਕਹਿਣਾ ਚਾਹੁੰਦੇ ਹੋ ਇੰਨੇ ਪਲਾਟਾਂ ਬਾਰੇ? ਹਾਂਜੀ ਭਾਜੀ, 1 ਸਾਲ ਤੇ ਹੋ ਗਿਆ ਸਾਨੂੰ ਬੈਠਿਆਂ ਨੂੰ। ਦੂਸਰੀ ਗੱਲ ਇਹ ਕਿ BDO ਸਾਹਿਬ ਨਾਲ ਸਾਡੀ ਹੁਣ ਥੋੜੇ ਦਿਨ ਹੋ ਗਏ, 5 ਤਰੀਕ ਨੂੰ ਮੀਟਿੰਗ ਹੋਈ ਆ, ਜਿਹਦੇ ਵਿੱਚ ਉਹ ਪਿਛਲੀਆਂ ਚੀਜ਼ਾਂ ਨੂੰ ਮਤਲਬ 3 ਮਹੀਨੇ ਦਾ ਜਿਹੜਾ ਚੋਣ ਜ਼ਾਬਤਾ ਲੱਗਿਆ ਸੀ ਨਾ, ਉਹਦੇ ਵਿੱਚ ਸਾਡੇ ਨਾਲ ਮੰਨ ਕੇ ਚੱਲੇ ਸੀ ਕਿ ਚੋਣ ਜ਼ਾਬਤਾ ਤੋਂ ਵਾਪਸ ਅਸੀਂ ਤੁਹਾਨੂੰ ਪਲਾਟ ਕੱਟ ਕੇ ਦਿੱਤੇ ਜਾਣਗੇ, ਮਤਲਬ ਤੁਹਾਡੇ ਨਾਲ ਸਹਿਮਤੀ ਕੀਤੀ ਜਾਊਗੀ। ਤੇ ਹੁਣ ਉਹ ਸਾਨੂੰ ਇੰਨਾ ਕੁ ਰੂਡ ਬੋਲ ਕੇ ਗਏ, 5 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਪੈਲੀ ਦੇ ਹੱਕਦਾਰ ਨਹੀਂ ਹੈਗੇ, ਤੁਸੀਂ 5-5 ਮਰਲੇ ਦੇ ਪਲਾਟ ਦੇ ਹੱਕਦਾਰ ਨਹੀਂ ਹੈਗੇ, ਪੰਚਾਇਤ ਨੇ ਮਤਾ ਕਿੱਦਾਂ ਪਾ ਦਿੱਤਾ, ਇਹ ਕਿੱਦਾਂ ਤੁਹਾਨੂੰ ਅਥਾਰਟੀ ਕਿਹਨੇ ਦੇਤੀ ਆ ਕਿ ਤੁਸੀਂ ਹੱਕਦਾਰ ਆ, ਤੁਸੀਂ ਉੱਠੋ ਨਹੀਂ ਤਾਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ। ਜਦਕਿ ਅਸੀਂ ਇਹ ਗੱਲ ਕਹਿ ਕੇ ਆਏ ਆ ਵੀ ਹੁਣ ਅਸੀਂ ਉੱਠਣ ਵਾਲੀ ਦੀ ਗੱਲ ਨਹੀਂ ਹੈਗੀ, ਝੂਠ ਬਿਲਕੁਲ ਉੱਠਣਾ ਨਹੀਂ ਹੈਗਾ ਅਸੀਂ, ਹਾਂ ਕਾਰਵਾਈ ਦੀ ਰਹੀ ਗੱਲ ਤੇ ਕਾਰਵਾਈ ਕਰ ਦੇਣ ਕੋਈ ਨਹੀਂ ਹੈਗਾ ਸਾਨੂੰ ਉਹਦੇ ਵਿੱਚ, ਇਹ ਅਸੀਂ ਨਹੀਂ ਡਰਦੇ। ਜਦੋਂ 1 ਸਾਲ ਅਸੀਂ ਪੂਰੀ ਸਰਦੀ ਇੱਥੇ ਕੱਢੀ, ਗਰਮੀ ਇੱਥੇ ਕੱਢ ਲਈ, ਤੇ 5 ਤਰੀਕ ਨੂੰ ਮੀਟਿੰਗ ਕਰਦੇ ਆ ਸਾਡੇ ਨਾਲ ਤੇ ਸਾਨੂੰ ਇੰਨਾ ਰੂਡ ਬੋਲਦੇ ਆ, ਤੁਸੀਂ ਉੱਠੋ ਇੱਥੋਂ ਨਹੀਂ ਤੇ ਜ਼ਬਰਦਸਤੀ ਠਾ ਲਾਂਗੇ। ਹੁਣ ਦੇਖ ਲੈਣ ਫਿਰ ਜਿੱਦਾਂ ਉਹਨਾਂ ਨੂੰ ਲੱਗਦਾ ਸਹੀ, ਅਸੀਂ ਤੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਕਰ ਲਓ, ਫਿਰ ਜਿੱਦਾਂ ਸਾਨੂੰ ਸਹੀ ਲੱਗੂਗਾ ਅਸੀਂ ਆਪਣੇ ਤਰੀਕੇ ਨਾਲ ਚੱਲ ਲਾਂਗੇ। ਅਗਲੀ ਰਣਨੀਤੀ ਕੀ ਆ ਤੁਹਾਡੀ? ਅਗਲੀ ਰਣਨੀਤੀ ਇਹ ਆ ਭਾਜੀ ਵੀ ਬਹੁਤ ਟਾਈਮ ਅਸੀਂ ਵੇਖ ਲਿਆ ਉਹਨਾਂ ਦੇ ਮੂੰਹ ਵੱਲ, ਹੁਣ ਅਸੀਂ ਉਹਨਾਂ ਨਾਲ ਮੀਟਿੰਗ ਰੱਖੀ ਆ, ਅਸੀਂ ਜਾਣਾ ਵਾ ਉਹਨਾਂ ਦੇ ਕੋਲ, ਕੱਲ ਦਾ ਸਾਡਾ ਮਤਲਬ ਹੈਗਾ ਵਾ ਪ੍ਰੋਗਰਾਮ, ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਨੀ ਆ, SDM ਸਾਹਿਬ ਨੂੰ ਮਿਲਣਾ ਜਾ ਕੇ, ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਜਦੋਂ ਹੋਈ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਇਲੈਕਸ਼ਨ ਦੀ ਮਤਲਬ ਕੰਪਲੀਟ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ, ਪਰ ਹਜੇ ਤੱਕ ਨਹੀਂ, ਕਿਉਂਕਿ BDO ਸਾਹਿਬ ਨਾਲ ਜਦੋਂ ਸਾਡੀ ਜਾ ਕੇ ਗੱਲ ਹੋਈ, ਉਹਨਾਂ ਨਾਲ ਮੀਟਿੰਗ ਹੋਈ ਆ, ਤੇ ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਇੱਥੇ ਹੱਕਦਾਰ ਹੀ ਨਹੀਂ ਹੈਗੇ ਕਿ ਦੱਸੋ, ਅਸੀਂ ਕਹਿੰਦੇ ਕਿਸੇ ਸੰਵਿਧਾਨ 'ਚ ਨਹੀਂ ਲਿਖਿਆ ਹੈਗਾ, ਇਹਦਾ ਮਤਲਬ ਇਹ ਹੋ ਗਿਆ ਕਿ ਉਹਨਾਂ ਨੇ ਸੰਵਿਧਾਨ ਹੀ ਨਹੀਂ ਪੜ੍ਹਿਆ ਤਰੀਕੇ ਨਾਲ। ਜੇ ਸੰਵਿਧਾਨ ਪੜ੍ਹਦੇ ਤਾਂ ਸ਼ਾਇਦ ਉਹਨਾਂ ਨੂੰ ਪਤਾ ਲੱਗਦਾ ਕਿ ਗਰੀਬ ਦਾ ਵੀ ਉਨਾ ਹੀ ਹੱਕ ਵਾ, ਪਿੰਡ ਦੇ ਬੰਦੇ ਆ, ਪਿੰਡ ਦੇ ਵਾਸੂ ਆ, ਪਿੰਡ ਦੀ ਪੰਚਾਇਤੀ ਜ਼ਮੀਨ 'ਚ ਸਾਡਾ ਵੀ ਉਨਾ ਹੱਕ ਵਾ। ਜਦਕਿ ਸਾਨੂੰ ਬੋਲੀ ਵਾਲੇ ਦਿਨ ਵੀ ਕਹਿ ਰਹੇ ਆ, ਸਾਨੂੰ ਇੱਦਾਂ ਬੋਲ ਰਹੇ ਆ ਕਿ ਤੁਸੀਂ ਉੱਠ ਕੇ ਜਾਓ ਜਾਓ, ਕਿਉਂ ਜਾਈਏ ਅਸੀਂ, ਸਾਡਾ ਨੀ ਇੱਥੇ ਇੰਨਾ ਹੱਕ ਹੈਗਾ ਗਾ। ਅਸੀਂ ਜੀ ਤੁਸੀਂ ਕਦੇ ਇਸ ਪਲਾਟਾਂ ਬਾਰੇ ਪ੍ਰਸ਼ਾਸਨ ਨੂੰ ਮਿਲੇ ਜਾਂ SDM ਨੂੰ ਜਾਂ ਤਹਿਸੀਲਦਾਰ ਸਾਹਿਬ ਨੂੰ ਮਿਲੇ ਕਦੇ ਇਸ ਬਾਰੇ? ਅਸੀਂ DC ਸਾਹਿਬ ਨੂੰ ਵੀ ਮਿਲੇ ਹਾਂ, SDM ਸਾਹਿਬ ਨੂੰ ਵੀ ਮਿਲੇ ਹਾਂ, ਤੇ BDO ਸਾਹਿਬ ਨੂੰ ਵੀ ਮਿਲੇ ਹਾਂ। ਇਹ ਜਿਹੜੇ ਆ ਪਲਾਟ ਜਿਹੜੇ ਆ ਨਾ ਕੱਟ ਹੋ ਗਏ ਆ, ਅਸੀਂ ਵੇਖ ਕੇ ਆਏ ਹਾਂ। ਉਹ ਕੱਟਿਆਂ ਦੇ ਵਿੱਚ ਇਹਨਾਂ ਨੇ ਉਹ ਕੱਟ ਕੇ ਤੇ ਮਤਾ ਵੀ ਪੈ ਗਿਆ, ਸਾਰਾ ਕੁਛ ਹੋ ਗਿਆ, ਮਤਲਬ ਉਹ ਪਾਸ ਵੀ ਹੋਏ ਆ ਪਲਾਟ। ਪਲਾਟ ਪਾਸ ਹੋਣ ਦੇ ਬਾਵਜੂਦ ਵੀ ਸਾਨੂੰ ਕੁਛ ਕੱਟ ਕੇ ਨਹੀਂ ਦੇ ਰਿਹਾ। ਜਦੋਂ ਪਾਸ ਹੋ ਗਿਆ ਤੇ ਕੱਟ ਕੇ ਦੇਣ, ਫਿਰ ਅਸੀਂ ਪੁੱਛਿਆ ਵੀ ਤੁਸੀਂ ਸਾਨੂੰ ਕੱਟ ਕੇ ਦਿਓ, ਉਹ ਕਹਿਣ ਲੱਗੇ ਵੀ ਕੱਟ ਕੇ ਹੁਣ ਚੋਣ ਜ਼ਾਬਤਾ ਲੱਗ ਗਿਆ ਵਾ, ਚੋਣ ਜ਼ਾਬਤੇ ਤੋਂ ਬਾਅਦ ਅਸੀਂ ਕੱਟ ਕੇ ਦਿਆਂਗੇ। ਜੇ ਤੁਸੀਂ ਚੋਣ ਜ਼ਾਬਤੇ ਤੋਂ ਬਾਅਦ ਅਸੀਂ ਇੱਥੇ BDO ਸਾਹਿਬ ਪੰਚਾਇਤ ਦੀ ਬੋਲੀ ਦੀ ਕਰਨ ਆਇਆ, ਪੰਚਾਇਤੀ ਜ਼ਮੀਨ ਦੀ, ਉਹ ਸਾਨੂੰ ਬੋਲਿਆ ਹੀ ਇੱਦਾਂ ਦਾ ਰੁੱਖਾ ਵਾ ਵੀ ਮਤਲਬ ਤੁਸੀਂ ਹੱਕਦਾਰ ਹੀ ਕੋਈ ਨਹੀਂ, ਜਾਓ ਇੱਥੋਂ। ਕਿਉਂ ਅਸੀਂ ਹਾਲਾਂਕਿ ਸਾਡਾ ਪਿੰਡ, ਅਸੀਂ ਆਪਣੇ ਪਿੰਡ 'ਚ ਬੈਠੇ ਸੀ,
ਸਾਡੇ ਪਿੰਡ ਦੇ ਵਿੱਚ ਉਹ ਸਾਨੂੰ ਕੱਢਣ ਨੂੰ ਤੁਰਿਆ ਹੋਇਆ। ਇਹ ਵੀਡੀਓ ਸਾਹਿਬ ਕਿੱਦਾਂ ਦਾ ਵਾ? ਇਹਨੂੰ ਮਤਲਬ ਥੋੜਾ ਬਹੁਤਾ ਇਹਨੂੰ ਸਮਝਾਉਣ ਵਾਸਤੇ ਸਾਨੂੰ ਕਰਾਰਾ ਹੱਥ ਵਿਖਾਉਣਾ ਪੈਣਾ ਵਾ ਕਿ ਅਸੀਂ ਆ ਰਹੇ ਹਾਂ ਤੇ ਤੂੰ ਸਾਨੂੰ ਕੱਢ, ਤੂੰ ਤਾਂ ਸਾਨੂੰ ਪਿੰਡ ਚੋਂ ਕੱਢਦਾ ਵਾ, ਪਿੰਡ ਦੀ ਜਾਇਦਾਦ ਚੋਂ ਕੱਢਦਾ ਵਾ ਤੇ ਅਸੀਂ ਇੱਥੇ ਕਚਹਿਰੀ ਜਾ ਕੇ ਬਹਿ ਜਾਂਦੇ ਹਾਂ, ਤੂੰ ਸਾਨੂੰ ਇੱਥੋਂ ਹੀ ਕੱਢ ਦੇ ਤੇਰੀ ਕਚਹਿਰੀ ਚੋਂ। ਅਸੀਂ ਤਾਂ ਹੁਣ ਇੱਥੇ ਬੈਠੇ ਹਾਂ, ਸਾਡੇ ਪਿੰਡ ਦੀ ਜ਼ਮੀਨ ਆ, ਪਿੰਡ ਦੇ ਹੀ ਅਸੀਂ ਬੰਦੇ ਹਾਂ, ਪਿੰਡ ਚੋਂ ਹੀ ਇਹ ਪੰਜ ਪੰਜ ਮਰਲੇ ਥਾਂ ਮੰਗਦੇ ਹਾਂ। ਸਾਨੂੰ ਪੰਜ ਪੰਜ ਮਰਲੇ ਥਾਂ ਦੇਣ ਦੀ ਬਜਾਏ ਤਾਂ ਵੀਡੀਓ ਸਾਹਿਬ ਕਹਿੰਦੇ ਵੀ ਨਿਕਲੋ ਇੱਥੋਂ। ਜਿਹੜੇ ਪਹਿਲੋਂ ਵੀਡੀਓ ਸਾਹਿਬ ਸੀ ਉਹ ਕੱਟ ਕੇ ਦੇ ਗਿਆ, ਉਹ ਆਪਣਾ ਪਾਸ ਕਰ ਗਿਆ ਆ, ਤੇ ਹੁਣ ਇਹ ਆਇਆ ਤੇ ਆਪਣਾ ਕਹਿੰਦਾ ਜੀ ਇਨਕੁਆਇਰੀ ਹੋਊਗੀ, ਫਲਾਨੀ ਹੋਊਗੀ। ਹਾਲਾਂਕਿ ਜਿਹੜਾ ਸੈਕਟਰੀ ਸਾਹਿਬ ਨੇ ਕਿਹਾ ਵੀ ਇਹ ਹੋ ਜਾ ਇਹਦੀ ਹੋ ਗਈ ਆ, ਇਨਕੁਆਇਰੀ ਵੀ ਹੋ ਗਈ ਆ, ਤੇ ਸਰਪੰਚ ਨੇ ਕਿਹਾ ਵੀ ਮਤਾ ਵੀ ਪੈ ਗਿਆ। ਸਾਰਾ ਕੁਛ ਹੋਣ ਦੇ ਬਾਵਜੂਦ ਵੀ ਇਹ ਸਾਨੂੰ ਝਿੜਕੇ ਮਾਰਦਾ ਵੀਡੀਓ ਸਾਹਿਬ। ਨਿਕੰਮਾ ਪ੍ਰਸ਼ਾਸਨ ਮੁਰਦਾਬਾਦ, ਮਜ਼ਦੂਰਾਂ ਡਰਾਉਣ ਵਾਲਾ ਪ੍ਰਸ਼ਾਸਨ ਮੁਰਦਾਬਾਦ, ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ, ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਰਹਿਸ਼ੀ ਪਲਾਟ ਅਲਾਟ ਕਰੋ, ਹੱਕਾਂ ਲਈ ਜੋ ਲੜਦੇ ਲੋਕ, ਹੱਕਾਂ ਲਈ ਜੋ ਲੜਦੇ ਲੋਕ, ਆਪਣਾ ਹੱਕ ਲੈ ਕੇ ਰਹਾਂਗੇ। ਪੇਂਡੂ ਮਜ਼ਦੂਰਾਂ ਦਾ ਇੱਕ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।